Inspire Punjab TV ਤੇ ਤੁਹਾਡਾ ਸਭ ਦਾ ਸਵਾਗਤ ਹੈ। ਪ੍ਰੋਫੈਸਰ ਇੰਦਰ ਸਿੰਘ ਕੱਗਣ ਇੱਕ ਪੋਸਟ ਸਾਂਝੀ ਕੀਤੀ ਹੈ ਜਿਦੇ ਵਿੱਚ ਉਹ ਕਹਿੰਦੇ ਆ ਜੇ ਜੋਨਸ ਸਾਕੇ ਰੱਬ ਦੇ ਆਸਰੇ ਛੱਡ ਦਿੰਦਾ ਤਾਂ ਅੱਧੀ ਦੁਨੀਆ ਨੂੰ ਪੋਲੀਓ ਹੁੰਦਾ। ਉਸੇ ਦੀ ਖੋਜ ਕੀਤੀ ਗਈ ਦਵਾਈ ਅੱਜ ਦੁਨੀਆ ਭਰ ਚ ਮੁਫਤ ਜਿ ਮਿਲਦੀ ਹੈ। ਜੇ ਥਾਮਸ ਐਡੀਸਨ ਵੀ ਨਾਮ ਜਪਣ ਬੈਠ ਜਾਂਦਾ ਤਾਂ ਤੁਸੀਂ ਅੱਜ ਬਲਬ ਤੋਂ ਬਿਨਾ ਦੀਵੇ ਜਾਂ ਲਾਲਟੇਨਾ ਨਾਲ ਮੱਥਾ ਮਾਰ ਰਹੇ ਹੁੰਦੇ। ਜੈਨ ਕੋਲਾ ਟੈਸਲਾ ਵੀ ਸਮਾਧੀਆਂ ਲਾ ਕੇ ਰੱਬ ਪ੍ਰਗਟ ਕਰਨ ਦੇ ਚੱਕਰਾਂ ਵਿੱਚ ਪਿਆ ਹੁੰਦਾ ਤੇ ਇੰਡਕਸ਼ਨ ਮੋਟਰ ਦੀ ਖੋਜ ਨਾ ਕਰਦਾ ਤਾਂ ਤੁਸੀਂ ਅੰਦਾਜ਼ਾ ਲਾਓ ਤੁਹਾਡੀ ਜ਼ਿੰਦਗੀ ਅੱਜ ਕੂਲਰਾਂ ਪੱਖੇ ਮਧਾਨੀਆਂ ਸਮਰਸੀ ਵਾਲ ਪੰਪਾਂ ਟੋਕੇ ਵਾਲੀਆਂ ਮੋਟਰਾਂ ਤੋਂ ਬਿਨਾ ਕੀ ਹੁੰਦੀ ਜੈਨ ਕੋਲਾ ਟੋ ਵੀ ਖੌਤੀ ਮੰਨਦੀ ਸ਼ਾਂਤੀ ਪ੍ਰਾਪਤ ਕਰਨ ਲਈ ਢੋਲਕੀਆਂ ਬਾਜੇ ਘੁੱਟਦਾ ਹੁੰਦਾ ਤੇ ਫਿਊਲ ਇੰਜਣ ਦੀ ਖੋਜ ਨਾ ਕਰਦਾ ਤਾਂ ਤੁਸੀਂ ਸੋਚ ਸਕਦੇ ਹੋਵੋਗੇ ਤੁਹਾਡੀ ਜ਼ਿੰਦਗੀ ਮੋਟਰਸਾਈਕਲਾਂ ਬੱਸਾਂ ਕਾਰਾਂ ਟਰੈਕਟਰਾਂ ਟਰੱਕਾਂ ਬਿਨਾ ਕੀ ਹੁੰਦੀ ਅਸਲ ਵਿੱਚ ਮਨੁੱਖਤਾ ਦੇ ਅਸਲੀ ਸਾਧੂ ਸੰਤ ਗੁਰੂ ਪੀਰ ਜਾਂ ਮਹਾਪੁਰਖ ਇਹੀ ਵਿਗਿਆਨੀ ਹਨ ਜਿਨ੍ਹਾਂ ਦਾ ਦੇਣਾ ਤੁਸੀਂ ਕਦੇ ਨਹੀਂ ਦੇ ਸਕਦੇ ਜੇ ਕੋਈ ਸ਼ੱਕ ਹੈ ਤਾਂ 5 ਮਿੰਟ ਲਈ ਆਪਣੇ ਕਮਰੇ ਦੀ ਲਾਈਟ ਪੱਖੇ কুলਰ ਬੰਦ ਕਰਕੇ ਦੇਖ ਲਓ ਤਾਂ ਇਸੇ ਦਾ ਹੀ ਜਵਾਬ ਦਿੰਦੇ ਆ ਹਰਜੀਤ ਸਿੰਘ ਨੇ ਪੋਸਟ ਲਿਖੀ ਹੈ ਜਿਦੇ ਵਿੱਚ ਉਹ ਕਹਿੰਦੇ ਆ ਕਿ ਗਾਜੀ ਬਾਕੀਆਂ ਨੂੰ ਛੱਡੋ ਏ ਦੱਸੋਗੇ ਤੁਸੀਂ ਜਾਂ ਢੱਡਰੀਆਂ ਵਾਲੇ ਨੇ ਜਾਂ ਕਿਸੇ ਹੋਰ ਅਪਗ੍ਰੇਡ ਨੇ ਤਾਂ ਨਾਮ ਜਪਣ ਵਿੱਚ ਸਮਾਂ ਬਰਬਾਦ ਨਹੀਂ ਕੀਤਾ ਆ ਮਾੜਾ ਜਿਹਾ ਗਨੈਯੋ ਕਿ ਅਜੇ ਤੱਕ ਇਕੱਲੇ ਇਕੱਲੇ ਜਾਂ ਸਮੂੱਚੇ ਤੌਰ ਤੇ ਕਿੰਨਿਆਂ ਕੋ ਕਾਡਾਂ ਕੱਢ ਚੁਕੇ ਹੋ ਬਿੱਲੇ ਬੈਠੇ ਫੋਕੀਆਂ ਮਾਰੀ ਜਾਂਦੇ ਆ ਕਗਾਜੀ ਸੈਕੰਡਲੀ ਕਰੈਕਟ ਨੇਮਜ਼ ਆਰ ਦੀ ਆਫ ਦੀ ਪੀਪਲ ਯੂ ਆਰ ਪ੍ਰੇਜ਼ਿੰਗ ਜੌਨ ਸੌਕ ਨਿਕੋਲਾ ਟੈਸਲਾ ਨਿਕੋਲਸ ਅਗਸਟ ਆਟੋ ਤਾਂ ਤੁਹਾਡੇ ਇਸ ਦੇ ਸੰਬੰਧ ਵਿੱਚ ਕੀ ਵਿਚਾਰ ਨੇ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਜਰੂਰ ਸਾਂਝੇ ਕਰਿਓ ਜੀ ਜੇਕਰ ਪਹਿਲੀ ਵਾਰ ਤੁਸੀਂ ਇਸ ਚੈਨਲ ਤੇ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਜੀ ਧੰਨਵਾਦ